ਅੱਧਰ ਤੇ ਹੋ ਗਿਆ ਜੇ ਕੰਮ ਹੱਲਾ ਵੜ ਫਿਰ ਆਟੋਮੈਟਿਕ ਦੂਸਰੇ ਰਾਸਤੇ ਖੜੇ ਆ ਗਏ ਇਹਨੂੰ ਪਤਾ ਨਹੀਂ ਅੱਗੇ ਆਏ ਤੇ ਆਹ ਵੇਖੋ ਵੀ ਡਿੱਗੇ ਆਖੋ ਏਦਾਂ ਉਹ ਥੋੜੀ ਦੇਰ ਪਹਿਲਾਂ ਅੱਧੀ ਜਾਂਦਾ ਇਹ ਹੁਣ ਬੱਤੀ ਚਲ ਗਈ ਆ ਤੇ ਦੱਸੋ ਹੁਣ ਕੀ ਕਰੀਏ ਇੱਥੋਂ ਇੰਨਾ ਕੁ ਇਹਨਾਂ ਨੂੰ ਚਾਹੀਦਾ ਵਾ ਵੀ ਲਾਈਟ ਦਾ ਇੱਥੇ ਪ੍ਰਬੰਧ ਟੋਟਲੀ ਨੀ ਬੜੀ ਜੰਮੀ ਬਰਫ਼ ਬੜੀ ਪੁਰਾਣੀ ਬਰਫ਼ ਆ ਯਾਰ ਪੱਥਰ ਹਿਲਦਾ ਇਹਨਾਂ ਦੇਖੀ ਆਵੇ ਲੋਣ ਫਿਰ ਆਵੇ ਕੀ ਕਰਨੇ ਪਹਾੜਾ ਸਨਾ 17 ਦਾ ਉਂਝ ਤੇ ਮੈਂ ਤਾਂ ਐ ਲਾਇਆ ਜਿੱਤਰਾ ਇੱਥੇ ਆ ਚੜਨਾ ਫੇਰ ਗਾ ਦੂਜੇ ਪਾਰ ਹੋ ਜਾਣਾ ਆ ਪਹਾੜ ਛੱਡਣ ਲੱਗੇ ਅਸੀਂ ਹੁਣ ਅਸੀਂ ਉਹ ਪਹਾੜ ਤੇ ਚੱਲੇ ਕਿਉਂ ਵੀ ਇਹ ਪਹਾੜ ਨੂੰ ਅੱਛਾ ਨਹੀਂ ਲੱਗਾ ਏਦਾਂ ਨਹੀਂ ਲੱਗਾ ਵਧੀਆ ਬਾਬਾ ਕਹਿੰਦਾ ਵੀ ਆਹ ਪਹਾੜ ਤੇ ਨਹੀਂ ਰਹਿਣਾ ਤੇਰੀ ਆਹ ਪੁੱਲ ਪੜ ਗਿਆ ਅਸੀਂ ਉਹ ਪਹਾੜ ਤੇ ਚੱਲੇ ਹੁਣ ਵਿਗਣ ਗੋ ਨਹੀਂ ਦਿਆ ਇੱਧਰ ਨੂੰ ਕਰਨਾ ਥੋੜਾ ਇੱਧਰ ਇਧਰ ਇਹ ਕੁਝ ਹੀ ਤੁਹਾਨੂੰ ਬੱਦਲ ਵਿਖਾਉਣਾ ਚਾਹੁੰਦੇ ਐਡੀ ਫੁੱਲ ਕੋਸ਼ਿਸ਼ ਓਹੋ ਕੀ ਗੱਲ ਆ ਬੱਦਲ ਵਿਖਾਉਣਾ ਚਾਹੁੰਦੇ ਸੀ ਤੁਹਾਨੂੰ ਪਰ ਅੱਜ ਹੁਣ ਮੈਂ ਇੱਧਰ ਕੈਮਰਾ ਕਰਨ ਲੱਗਾ ਬੱਦਲ ਵੇਖ ਲਿਓ ਆਪਣਾ ਕੀ ਕਹਿੰਦੇ ਦਸੰਬਰ ਇੱਧਰ ਚੱਲਣ ਦਿਆ ਜੂਨ ਜੁਲਾਈ ਮਸ਼ਕੂਰ ਦੀ ਟਿੱਕੀ ਇਹਦੇ ਸਾਰੇ ਹੀ ਆ ਹੁਣ ਤੇ ਤਰਾਈ ਸ਼ੁਰੂ ਕਰਦੀ ਹੈ ਆਪਕੋ ਨੀਚੇ ਗੋਰੀ ਕੁੰਡ ਮੇ ਜਾ ਕੇ ਗੋਡੀ ਜਾਂਦਾ ਤੁਰਨਾ ਸ਼ੁਰੂ ਤਰਾਏ ਕੀ ਕਹਿੰਦੇ ਪੰਜਾਬੀ ਚ ਤਰਾਈ ਸ਼ੁਰੂ ਕਰਤੀ ਆ ਗੋਰੀ ਕੁੰਡ ਤੁਰਨਾ ਸ਼ੁਰੂ ਕਰਤਾ ਏ ਬਸ ਤੇ ਹੁਣ ਤੁਰੇ ਜਾਣਾ ਜੇ ਤੁਰੇ ਜਾਣਾ ਜੀ ਜਿੱਥੇ ਸਟੇ ਕਰਾਂਗੇ ਉੱਥੇ ਤੁਹਾਨੂੰ ਬਲੌਗ ਪਾਵਾਂਗੇ ਜੇ ਤੇ ਮੈਂ ਕੈਮਰੇ ਵਾਲ ਧਿਆਨ ਦਵਾਂ ਫਿਰ ਤਾਂ ਮੈਂ ਇੱਥੇ ਲੰਮਾ ਪੈ ਜਾਣਾ ਉਹ ਵੀ ਥੱਲੇ ਵੀ ਸ਼ੁਰੂ ਕਰਾਂ ਵਾਹ ਵਾਲਾ ਥੱਲੇ ਗਲੇਸ਼ੀਅਰ ਨੂੰ ਥੱਲੇ ਡਿੱਗਣ ਦੀ ਤਿਆਰੀਆਂ ਨਾਲ ਪੱਥਰ ਵੀ ਆਊ ਪੂਰੀ ਕੋਸ਼ਿਸ਼ ਕਰਦੇ ਹੋਏ ਗਲੇਸ਼ੀਅਰ ਨੂੰ ਤੋੜਨ ਦੀ ਥੱਲੇ ਡਿੱਗਣ ਦੀ ਉਹ ਟੋਟਲੀ ਨਹੀਂ ਬੜੀ ਜੰਮੀ ਬਰਫ਼ ਬੜੀ ਪੁਰਾਣੀ ਬਰਫ਼ ਯਾਰ ਗਲੇਸ਼ੀਅਰ ਥੱਲੇ ਸੁੱਟਣੇ ਮਾਮਾ ਪਾਗਲ ਹੋ ਗਏ ਉਧਰ ਹਿੱਲਾ ਫਿਰ ਹੁਣ ਵੇਲਾ ਫਿਰ ਤੂੰ ਬਾਏ ਕੋਨਾ ਕੋ ਤੜਾ ਕੇ ਪੈ ਕਹੇਗਾ ਮੇਰਾ ਆਹ ਲੱਗਿਆ ਹੁਣ ਕਦੇ ਤੇਰਾ ਗੋਟੇ ਹਿੱਲ ਜਾਂਦਾ ਕਦੇ ਤੇਰਾ ਗਿੱਟੇ ਵੀੜੋ ਨਾ ਪਏ ਕਦੇ ਤੇਰਾ ਗੋਡਾ ਪਾੜ ਜਾਂਦਾ ਲੈ ਕਦੇ ਲੱਗਦਾ ਸੀ ਮਰੀਜ਼ ਨਾਲ ਲਿਆਂਦਾ ਹਾਂ ਲਈ ਅੱਡਾ ਥੱਬਾ ਤੇ ਦਵਾਈਆਂ ਦਾ ਲੈ ਕੇ ਆਇਆ ਦਵਾਈਆਂ ਦੀ ਗੋਲੀ ਆ ਕੱਟਦੀ ਵਿੱਚੋਂ ਆ ਗੈਸ ਆ ਕੱਟ ਆ ਗੈਸ ਦੀ ਗੋਲੀ ਆ ਸਿਰ ਪੀੜ ਦੀ ਗੋਲੀ ਆ ਟੱਟੀਆਂ ਰੋਕਣ ਵਾਲੀ ਗੋਲੀ ਆ ਉਲਟੀਆਂ ਨਾ ਬਾਹਰ ਹੁਣ ਉਲਟੀਆਂ ਵਾਲੀ ਗੋਲੀ ਗੈਸ ਦਾ ਕੈਪਸੂਲ ਨੇੜੇ ਨੇੜੇ ਸੁੱਟ ਜਾਂਦਾ ਹੈ ਤਾਂ ਕਰਦੇ ਕੈਪਸੂਲ ਨਾਲ ਲੈਂਦੀਆਂ ਚਾਰ ਜਿਹਦੇ ਨਾਲ ਸਾਹ ਨਹੀਂ ਚੜਦਾ ਚਾਰ ਬੰਦਿਆਂ ਦਾ ਡੱਟਣ ਗਿਆ ਦਿਹਾੜੀ ਚੱਕਰੀ ਪੈਣੀ ਅੱਧੇ ਅੱਧੇ ਘੰਟੇ ਬਾਅਦ ਪੀ ਜਾਂਦਾ ਸਵਾਦ ਹੀ ਲਈ ਜਾਂਦਾ ਲੈ ਦੱਸ ਆਵੇਂ ਸਵਾਦ ਕੌੜੀ ਭਲਾ ਕਿੰਨੀ ਅੱਛਾ ਇਹ ਤਾਂ ਮਰੀਜ਼ ਹੀ ਲਿਆਂਦਾ ਨਾ ਨਾਲ ਸਾਰੇ ਸਹੀ ਗੱਲ ਮਰੀਜ਼ ਹੀ ਹੈ 3 ਕਿਲੋਮੀਟਰ ਅੱਗੇ ਆ ਜੀਦਾ ਫਿਰ ਘੰਟਾ ਮਰੀਜ਼ ਜਿਆਦਾ ਕੱਟਦੀ ਤੈਨੂੰ ਮੈਂ ਦੱਸਦਾ ਤਾਂ ਮਰੀਜ਼ ਹੀ ਆਵੇ ਡੰਡੇ ਦਾ ਸਹਾਰਾ ਲੈ ਲੈ ਚੜਨ ਦੇ ਆਵੇਂ ਬਿਨਾ ਡੰਡੇ ਤੋਂ ਉੱਤਰ ਕੇ ਆਵਾਂ ਆ ਉੱਛੀ ਹੈ ਡੰਡਾ ਫੜਿਆ ਕਿਉਂ ਬਿਨਾ ਡੰਡੇ ਤੋਂ ਉੱਤਰ ਕੇ
ਕਰੋ ਗੱਲ ਕਿਉਂ ਲੈ ਬਾਬੇ ਕੀ ਕਿਹੜਾ ਗਾਣਾ ਬੋਲੀ ਜਾਂਦਾ ਬਾਬੇ ਕਿਹੜਾ ਗਾਣਾ ਬੋਲੀ ਜਾਂਦਾ ਇਹ ਗੱਲ ਆ ਇਹ ਪੰਜਾਬੀਆਂ ਦਾ ਹਾਲ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਇਹ ਦੇਸ਼ ਬੱਲੂ ਧਿਆਨ ਨਾਲ ਓਏ ਕੁਰਸੀਆਂ ਇੱਥੋਂ ਪਤਾ ਲੱਗਣੇ ਰਸਤੇ ਇੱਥੋਂ ਪਤਾ ਲੱਗਣੇ ਰਸਤੇ ਜ਼ਿਆਦੀ ਗਈ ਅੰਦਰ ਇਹ 500 ਦੀ ਪੈਣੀ ਆਪਾਂ ਨੂੰ ਦੇਖੋ ਜੀ ਮੈਂ ਤਾਂ ਨਾ ਜੋ ਬਾਬਾ ਜੀ ਨੇ ਸਾਰੇ ਰਿਕਾਰਡ ਭੰਨਤੇ ਮਗਰੇ ਤੁਰਿਆਂ ਦਾ ਝੋਟਾ ਮਗਰੇ ਹੀ ਤੁਰਿਆਂ ਦਾ ਜਿਹਦੇ ਸਾਰੇ ਰਿਕਾਰਡ ਤੋੜਤੇ ਇਹ ਭੋਲੇ ਸ਼ੰਕਰ ਦੀ ਕਿਰਪਾ ਇਹ ਕਹਿ ਗਏ ਤੁਰੇ ਉੱਤੋਂ ਵੀ ਮਹਾਰਾਜ ਪਹੁੰਚਾ ਦਿਓ ਅੱਜ ਨਾ ਟਾਈਮ ਲੱਗੇ ਬੜਾ ਡਿੱਗਣ ਲੱਗਾ ਮਾਹੇ ਬਚਿਆ ਜੀ ਚੱਲ ਕੋਈ ਨਹੀਂ ਇਹਨਾਂ ਥੱਲੇ ਚਲ ਗਿਆ ਮਹਾਰਾਜ ਹੀ ਰੱਖ ਗਏ ਚੱਲ ਕੋਈ ਨਹੀਂ ਇੱਕ ਪੈਰ ਤੁਲਕ ਗਿਆ ਉਹ ਜਿੱਥੇ ਆ ਜਾ ਵਾਹ ਚਰਨਾ ਜਾਣੀ ਜਿੰਦਾ ਆ ਗਿਆ ਨਾ ਇੰਨਾ ਵੱਡਾ ਆਹੋ ਖਾਈ ਚ ਡਿੱਗਣ ਲੱਗਾ ਖਾਈ ਚ ਥੋੜੀ ਡਿੱਗਣ ਲੱਗਾ ਥੱਲੇ ਪੱਥਰਾਂ ਦੇ ਡਿੱਗਣ ਲੱਗਾ ਚੱਲ ਕੋਈ ਨਹੀਂ ਪੁੱਛ ਸੈਟ ਸੂਟ ਲੱਗਣੀ ਸੀ ਸਿਰ ਪਰ ਪਾਣੀ ਪੈ ਗਿਆ ਬੂਟਾ ਉਹ ਤੇ ਠੀਕ ਆ ਪਰ ਅੱਜ ਸ਼ੰਕਰ ਗੁਰੂ ਉਹ ਚੰਗੇ ਜੋ ਉੱਥੇ ਮੈਨੂੰ ਕਹੇ ਖਲੋ ਜਾ ਤੇ ਆਪ ਖਲੋਤੇ ਨਹੀਂ ਜਾ ਤੁਰਪਾ ਮੈਂ ਕਦੋਂ ਕਹਾਂ ਤੁਰਪਾ ਮਾ ਖਲੋ ਜਾ ਮੈਂ ਤਾਂ ਤੁਰਪਾ ਉਹ ਜਾ ਮੈਂ ਮਮਾ ਉੱਥੇ ਖਲੋ ਗਿਆ ਤੁਰਪੀਏ ਮੈਨੂੰ ਗੱਲ ਸੁਣੋ ਪਹਿਲਾਂ ਜਦੋਂ ਬਾਰਿਸ਼ ਹੁੰਦੀ ਨਾ ਉਹ ਪਹਾੜ ਪੇ ਜਿਹੜੇ ਆ ਡਿੱਗਦੇ ਇਤਰਾ ਮਿੱਟੀ ਘੁਰ ਜਾਂਦੀ ਆ ਮਿੱਟੀ ਘੁਰ ਜਾਂਦੀ ਇਤਰਾ ਵੱਡੇ ਵੱਡੇ ਡਿੱਗਦੇ ਖਲੋਣਾ ਨੀ ਚਾਹੀਦਾ ਪਰ ਜ਼ਿੰਦਗੀ ਨਹੀਂ ਪਿਆਰੀ ਨੀ ਗਈਆਂ ਨੂੰ ਇਹ ਉਹਨਾਂ ਚ ਨੀ ਹਰ ਹਰ ਮਹਾਦੇਵ ਬਸ ਜਿਹੜੀ ਆਹ ਵਾ ਨਾ ਆਹ ਰੋਡ ਇਹਦੇ ਕਰਕੇ ਪੈਰਾਂ ਦੀਆਂ ਤਲੀਆਂ ਹੈ ਨਾ ਜਿਹੜੀਆਂ ਜਾਨ ਹੀ ਨਿਕਲੀ ਵੀ ਆਹ ਠੀਕ ਕਰਦਾ ਨਾ ਬਸ ਕਿਤੇ ਆਹ ਆਹ ਠੀਕ ਕਰ ਦੇਣਾ ਵਿਊ ਸ਼ੈਡ ਆ ਵਿਖਾ ਜਿੰਨਾ ਤੁਰੰਤ ਜਿਹੜਾ ਚੱਪਲ ਕਿਹਦੀ ਰਹਿ ਗਈ ਆ ਇੱਧਰ ਆ ਇੱਧਰ ਆ ਚੱਪਲ ਚੱਪਲ ਰਹਿ ਗਈ ਕਿਸੇ ਦੀ ਆਹ ਮੇਰਾ ਵੀਰ ਜੇ ਕੋਈ ਹੈ ਤਾਂ ਵੇਖਦਾ ਆ ਵੀਰ ਨੂੰ ਸੋਚਣ ਕਰਦੇ ਜਿਹੜੇ ਵੀਰ ਦੀ ਚੱਪਲ ਹੋਵੇ ਇੱਥੇ ਪਈ ਆ ਤੇ ਲੈ ਜਿਓ ਲੈ ਜਿਓ ਆਹ ਪੱਤੇ ਵਾਲੇ ਆਹ ਨੈੱਟ ਬੰਦ ਵੀ ਡਿੱਗਣ ਨਾ ਪਾਸ ਪਰ ਆਹ ਵੇਖੋ ਆਹ ਜਿਹੜਾ ਰੋਡ ਆ ਆਹ ਉੱਚਾ ਨੀ ਆਣਾ ਜਿਹੜਾ ਉੱਚਾ ਨੀ ਆਣਾ ਇਹ ਪੈਰਾਂ ਦੀਆਂ ਤਲੀਆਂ ਪੀੜੋਂ ਲੱਪੀ ਉੱਚੀ ਨੀਵੇਂ ਕਰਕੇ ਬਸ ਪਿੰਜਣੀਆਂ ਕੀ ਸਾ ਆਹ ਥੱਲੋਂ ਤੇ ਬੰਨ ਤੇ ਉਹਨਾਂ ਨੇ ਉੱਤੋਂ ਜਿਹੜੇ ਆਉਂਦੇ ਪਾਣੀ ਆਉਂਦਾ ਜਿਹੜਾ ਇਹ ਲੈ ਕੇ ਆਉਂਦਾ ਜੀ ਆ ਜਿਹੜੇ ਝਰਨੇ ਆਪੇ ਬਣੀ ਆਉਂਦੇ ਜਿੱਥੋਂ ਮਰਜ਼ੀ ਝਰਨਾ ਬਣ ਜਾਂਦਾ ਆਹ ਗੱਲਾਂ ਆਪਣੇ ਝਰਨਾ ਵਧ ਜਾਂਦਾ ਘਰ ਘਰ ਤੇ ਆਹ ਅਗਲੇ ਬੰਨੇ ਜਿਹੜਾ ਇਹ ਉਹ ਤੋਂ ਬਸ ਫਿਰ ਫਿਰ ਆਉਂਦੇ ਹੀ ਹੈਗੇ ਹਰ ਹਰ ਇਹ ਪਿੰਜੀਨੀਆਂ ਦਾ ਨਾ ਜਾਨ ਹੀ ਨਿਕਲ ਜਾਂਦੀ
ਆ ਪੌੜੀਆਂ ਹੀ ਸਾਰੀਆਂ ਉਤਰ ਕੇ ਉਹ ਪੁੱਲ ਆ ਜਿਹੜਾ ਉਹ ਪੁੱਲ ਵੀ ਕਹਿੰਦੇ ਆ ਨਾ ਉਹ ਜਿਹੜਾ ਲਾਲ ਰੈਡ ਕਲਰ ਦਾ ਉਹ ਪੁੱਲ ਲੰਘ ਕੇ ਤਾਂ ਫੇਰ ਜਾਣਾ ਉਹਨੂੰ ਆਹ ਚੜ੍ਹਨਾ ਵਾ ਫੇਰ ਗਾਹ ਦੂਜੇ ਪਹਾੜ ਹੋ ਜਾਣਾ ਆਹ ਪਹਾੜ ਛੱਡਣ ਲੱਗੇ ਅਸੀਂ ਹੁਣ ਅਸੀਂ ਉਹ ਪਹਾੜ 'ਤੇ ਚੱਲੇ ਕਿਉਂ ਵੀ ਇਹ ਪਹਾੜ ਨੂੰ ਅੱਛਾ ਨਹੀਂ ਲੱਗਾ ਇੱਦਾਂ ਨਹੀਂ ਲੱਗਾ ਵਧੀਆ ਬਾਬਾ ਕਹਿੰਦਾ ਵੀ ਆਹ ਪਹਾੜ 'ਤੇ ਨਹੀਂ ਰਹਿਣਾ ਤੁਸੀਂ ਆਹ ਪੁੱਲ ਪੜ ਗਿਆ ਅਸੀਂ ਉਹ ਪਹਾੜ 'ਤੇ ਚੱਲੇ ਹਾਂ ਐਂ ਪਹਾੜ ਨਹੀਂ ਅੱਛਾ ਲੱਗਾ ਸਾਨੂੰ ਉਹ ਬਾਬਾ ਆ ਗਏ ਆਉਂਦੇ ਆਉਂਦਾ ਹੀ ਹਰ ਹਰ ਮਾਂ ਬੋਲ ਮਾਮਾ ਅੱਜ ਅੱਛੇ ਰੱਖ ਐਵੇਂ ਲੱਗਦਾ ਵਾ ਤੇ ਐਂ ਤੁਰੀਦਾ ਡੰਡਾ ਨੀ ਦੇਣ ਦੇ ਵੇਲਾ ਤੇਰੇ ਅੰਦਰੋਂ ਰਸਤ ਪਾਣੀ ਜਿਹੜਾ ਨਿਕਲਣਾ ਗਿਰ ਤੇ ਭਾਰ ਡਿੱਗਾ ਚੜ੍ਹਾਈ ਆਊਗੀ ਮੈਂ ਡੰਡਾ ਵਰਤ ਲੂ ਐਵੇਂ ਅੱਗੇ ਆ ਵੇਖੋ ਵੀ ਡਿੱਗੇ ਹੋਏ ਆਖੋ ਏਦਾਂ ਉਹ ਥੋੜੀ ਦੇਰ ਪਹਿਲਾਂ ਅੱਗੇ ਤਰ੍ਹਾਂ ਉੱਪਰੋਂ ਜੰਗਲੀ ਟੁੱਟ ਗਏ ਇਹਨਾਂ ਆਪਾਂ ਨੂੰ ਉਹਨੂੰ ਲੈ ਜਾਣਾ ਨਾ ਖਾਈ ਹੋਈ ਫੇਰ ਨਦੀ ਨਦੀ ਆ ਅਕਲਨੰਦਾ ਨਦੀ ਏ ਨਦੀ ਥੋੜੀ ਉਹ ਭਰਾਵਾ ਜੇ ਅਕਲਨੰਦਾ ਨਦੀ ਆ ਇਹ ਅੱਛਾ ਨਦੀ ਆ ਉਹ ਤੂੰ ਅੱਗੇ ਨਹਿਰ ਕਹਿੰਦਾ ਮੈਂ ਉਹ ਸੋਚੀ ਜਾਂਦਾ ਇਹ ਅਕਲਨੰਦਾ ਨਦੀ ਆ ਤੇ ਜਿਹੜੀ ਉਹ ਕੀ ਕਹਿੰਦੇ ਆ ਮੰਦਾਕਰੀ ਜਾ ਕੇ ਜਦੋਂ ਫੇਰ ਇਹਨਾਂ ਗੰਗਾ ਦਾ ਰੂਪ ਬਣਨਾ ਹੈ ਅੱਛਾ ਜੀ ਇਹ ਅਕਲਨੰਦਾ ਨਦੀ ਆ ਤੇ ਉੱਥੋਂ ਆ ਰਹੀ ਆ ਓਕੇ ਓਕੇ ਕਰ ਗੱਲ ਇੱਥੇ ਅੱਗੇ ਪਹਾੜੀ ਡਿੱਗੇ ਵੀ ਕੀ ਜਾਂਦੇ ਆ ਵਾਟਰਫਾਲ ਨਹੀਂ ਦਿਆ ਐਵੇਂ ਵਾਟਰਫਾਲ ਆਹ ਵੇਖੋ ਉਹ ਤੇ ਛੋਟੇ ਛੋਟੇ ਹੀ ਨਾ ਵੇਖੋ ਕਿੱਡਾ ਤਗੜਾ ਡਿੱਗਿਆ ਉੱਪਰੋਂ ਜੰਗਲੇ ਟੁੱਟੇ ਪਏ ਆ ਏਦਾਂ ਹੀ ਕੀ ਪਤਾ ਕਿਤੋਂ ਦਾ ਡਿੱਗਾ ਪਰ ਇਹ ਨਹੀਂ ਸਾਨੂੰ ਪਤਾ ਓਏ ਆਹ ਵੇਖ ਤੇਰੇ ਸਾਹਮਣੇ ਹੋਣੇ ਡਿੱਗੇ ਜਾਣਾ ਮੀਂਹ ਆਇਆ ਜਦੋਂ ਸਵੇਰੇ ਦਾ ਉਹ ਐਡਾ ਤਗੜਾ ਥੋੜੀ ਹੋਣ ਡਿੱਗਾ ਹੈ ਉਪਰਾਵਾ ਤੇ ਆਹ ਬਾਰਿਸ਼ ਕਰਕੇ ਸਾਰੇ ਅੱਜ ਡਿੱਗੇ ਜਾਂ ਨਿੱਕੇ ਨਿੱਕੇ ਵੱਡੇ ਜੋ ਵੀ ਪਹਾੜ ਸਾਰੇ ਆਹ ਅੱਜ ਡਿੱਗੇ ਵੇਖੋ ਬਾਰਿਸ਼ ਹੁੰਦੀ ਸਾਰੇ ਨੇ ਕਿਹਾ ਵੀ ਰਾਤ ਨੂੰ ਨਹੀਂ ਜਾਣਾ ਕਿਤੇ ਵੀ ਕੋਈ ਵੀ ਨਹੀਂ ਆ ਗੱਡ ਰਹਿ ਕਿਤੇ ਸਾਡੇ ਤੋਂ ਇਲਾਵਾ ਆਪਾਂ ਹੀ ਆਉਂਦੇ ਬਸ ਇਸ ਕਰਕੇ ਠੰਡ ਹੋ ਜਾਂਦੀ ਰਾਤ ਨੂੰ ਵੀਰੇ ਠੰਡ ਹੋ ਜਾਂਦੀ ਉਹ ਤੇ ਗਰਮੀਆਂ ਚ ਨਿਕਲੀ ਨਿਕਲਾਂ ਪਾ ਕੇ ਰਾਹ ਦੂਜੀ ਗੈਪ ਹੋ ਗਿਆ ਦੂਸਰਾ
ਡੂੰਘਾ ਬੜਾ ਗਹਿਰਾਈ ਬਹੁਤ ਆ ਇਸਕੀ ਪੁੱਲ ਡਿੱਗਦਾ ਵੀ ਨਾ ਆਹ ਰੱਸੀਆਂ ਨੇ ਫੜ ਲੈਣਾ ਹੀ ਇਹਦੇ ਮਗਰ ਲੱਗ ਕੇ ਆਪਾਂ ਗਲਤ ਹੋ ਗਈਆਂ ਆਹ ਜੀ ਆਹ ਸ਼ਾਰਟਕਟ ਵੇਖ ਲੋ ਆਹ ਜੀ ਸਹੀ ਗੱਲ ਯਾਰ ਆਇਸ਼ਾ ਤੈਨੂੰ ਰਾਵਾਂ ਦਾ ਪਤਾ ਸੁਲਤਾਨ ਰਾਜ ਤੇ ਨਾ ਕੋਈ ਆਖਾ ਨਾ ਕੋਈ ਗੱਲ ਨਾ ਕੋਈ ਬਾਤ ਐਵੇਂ ਲਈ ਫਿਰਦਾ ਇੱਥੇ ਵੱਡਾ ਬਣਿਆ ਦੋਰਾ 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 ਕਿਹੜੇ ਦੋਰਾ ਆਹੋ ਅਸੀਂ ਰਾਹ ਤੁਰੇ ਆਉਂਦੇ ਇੱਕੋ ਰਾਹ ਤੁਰਿਆ ਆਉਂਦਾ ਉੱਧਰ ਨੂੰ ਅਸੀਂ ਤੁਰੇ ਆਉਂਦੇ ਦੋਰਾ ਕਿੱਥੇ ਹੀ ਦੋਰਾ ਕਿੱਥੇ ਗਈ ਤੂੰ ਇੱਥੇ ਕਿੱਥੇ ਆਪਾਂ ਜੋ ਚਾਹ ਪੀਤੀ ਆਪਾਂ ਉਦੋਂ ਦੋ ਦੱਸ ਦੱਸ ਦੂਸਰਾ ਰਸਤਾ ਲੱਭ ਲਓ ਮੇਰੀ ਜਾਨ ਤਿਆਰ ਨਾ ਦੱਸ ਦਿਓ ਆਪਾਂ ਚਾਹ ਪੀਤੀ ਉਦੋਂ ਦੋਰਾ ਲੰਘੇ ਆਪਾਂ ਇਹ ਰਸਤਾ ਪਤਾ ਕਿੱਥੇ ਮਿਲਦਾ ਜੀ ਹਾਂਜੀ ਮੈਗੀ ਬਿਸਕਿਟ ਓਹੀ ਕਹਿੰਦਾ ਹੁਣੇ ਮੈਗੀ ਖਾਧੀ ਆਪਾਂ ਜਦੋਂ ਮੈਂ ਮੁੜ ਲੱਗਾ ਹਨਾ ਤੁਸੀਂ ਮੇਰੇ ਤੋਂ ਅੱਗੇ ਹੋ ਮੈਂ ਫਿਰ ਉੱਧਰ ਨੂੰ ਹੀ ਆ ਗਿਆ ਨਹੀਂ ਤੈਨੂੰ ਦੋ ਦੋ ਰਾਹ ਲਿਖਿਆ ਸੀ ਵੈਸੇ ਵੀ ਇੱਧਰ ਨੂੰ ਉਹ ਰਾਹ ਤੇ ਇੱਧਰ ਨੂੰ ਉਹ ਰਾਹ ਤੇ ਉਦੋਂ ਦੱਸ ਵੀ ਦੋ ਰਾਹ ਸ਼ਾਹ ਫੋਨ ਕਰਕੇ ਦੱਸ ਦੂਰ ਹੋ ਤੁਸੀਂ ਮੇਰੇ ਤੋਂ ਫਿਰ ਤੈਨੂੰ ਕਿਵੇਂ ਪਤਾ ਵੀ ਯਾਰ ਆ ਮੁੜੇ ਜੇ ਅਸੀਂ ਤੇਰੇ ਤੋਂ ਦੂਰ ਹਾਂ ਫਿਰ ਇਹਨੂੰ ਕਿਵੇਂ ਪਤਾ ਵੀ ਅਸੀਂ ਯਾਰ ਆ ਮੁੜੇ ਇਹਦੀ ਕਿੱਟ ਵੀ ਸੀ ਤੇ ਆ ਕਾਲਾ ਸੂਟ ਤੁਸੀਂ ਜਦੋਂ ਮੰਨ ਲਓ ਉਹ ਥੱਲੇ ਜਾਂ ਹਨੇਰੇ 'ਚ ਕਾਲਾ ਸੂਟ ਵੇਖ ਗਏ ਹੀ ਆਹ ਥੱਲੇ ਜਾਂਦੇ ਪੱਟੀ ਦੇ ਉੱਤੇ ਹੀ ਦੋ ਰਾਹ ਜਦੋਂ ਦੋ ਰਾਹ ਹੈਗੇ ਨੀ ਤੇ ਲੈ ਦੱਸ ਨਜਾਇਜ਼ ਜੀ ਤੂੰ ਮੈਨੂੰ ਉੱਤੋਂ ਵਗਾ ਦੀ ਆਪਾਂ ਚੱਲੇ ਆ ਪਸ਼ੂਆਂ ਕੋ ਗਰਮੀਓਂ ਮੈਂ ਰੋਜ਼ ਨਹਿਲਾਏ ਬਾਬਾ ਜੀ ਪੋਸਟਰ ਤੇ ਤੁਹਾਡੀ ਗੱਲ ਲਿਖੀ ਆ ਤੇ ਹੁਣ ਆ ਦੋ ਦੋ ਦਿਨ ਛੱਡਣ ਵਾਲੇ ਕੰਮ ਛੱਡ ਦੋ ਉਹਨਾਂ ਨੇ ਕਹਿਤਾ ਵਾ ਵੀ ਹੁਣ ਪਸ਼ੂਆਂ ਕੋ ਰੋਜ਼ ਨਹਿਲਾਏ ਗਰਮੀਆਂ ਆਈਆਂ ਕਹਿੰਦੇ ਪਸ਼ੂਆਂ ਕੋ ਗਰਮੀਆਂ ਮੈਂ ਰੋਜ਼ ਨਹਿਲਾਏ ਤਾਂ ਅਸੀਂ ਲਾਗੇ ਬੈਠੇ ਜੇ ਹੁਣ ਇਹ ਚਲਾਨ ਨਹੀਂ ਹੋਣਾ ਉਹ ਕਹਿੰਦੇ ਇਸ ਬਿਮਾਰੀ ਕਾ ਕੋਈ ਟੀਕਾ ਇਲਾਜ ਨਹੀਂ ਹੈ ਆਹ ਵੀ ਲਿਖਿਆ ਇਸ ਬਿਮਾਰੀ ਕਾ ਕੋਈ ਟੀਕਾ ਇਲਾਜ ਨਹੀਂ ਹੈ ਜੇ ਬਿਮਾਰੀ ਪਸ਼ੂਆਂ ਸੇ ਮਨੁਸ਼ਿਓ ਸੇ ਵੀ ਫੈਲ ਸਕਤੀ ਹੈ ਵੋ
ਉਹ ਸਾਨੂੰ ਵੀ ਫੈਲ ਸਕਦੀ ਵੀ ਤੇਰੇ ਨਾਲ ਰਹਿ ਕੇ ਭਰਾਵਾ ਸਾਡੇ ਨਾਲ ਨਾ ਰਹਿ, ਜਾਂ ਤੇ ਰੋਜ਼ ਨਹਾਇਆ ਕਰ ਜਾਂ ਫਿਰ ਸਾਡੇ ਨਾਲ ਨਾ ਰਿਹਾ ਕਰ, ਸਿੱਧੀ ਤੇ ਸਾਫ਼ ਗੱਲ ਹੀ ਠੀਕ ਆ। ਅੱਧਰ ਤੇ ਹੋ ਗਿਆ ਜੇ ਕੰਮ ਆਟੋਮੈਟਿਕ ਆਟੋਮੈਟਿਕ ਬਾਬਾ ਜੀ ਹੋ ਗਈ, ਸੈੱਟ ਸੈੱਟ ਵੀ ਹੋ ਗਈ ਆ। ਲੋ ਜੀ ਟਰੈਕ ਤੇ, ਤੇ ਹੁਣ ਲਾਈਟਾਂ ਹੋ ਗਈਆਂ ਸਾਰੀਆਂ ਬੰਦ, ਹੁਣ ਬੱਤੀ ਚਲ ਗਈ ਆ, ਤੇ ਦੱਸੋ ਹੁਣ ਕੀ ਕਰੀਏ ਇੱਥੋਂ। ਇੰਨਾ ਕੁ ਤਾਂ ਇਹਨਾਂ ਨੂੰ ਚਾਹੀਦਾ ਵਾ ਵੀ ਲਾਈਟ ਦਾ ਇੱਥੇ ਪ੍ਰਬੰਧ ਚਾਹੀਦਾ, ਜਿਵੇਂ ਮਰਜ਼ੀ ਆ ਰਾਤ ਨੂੰ, ਰਾਤ ਕੋਈ ਵੀ ਇੱਥੇ ਹੁਣ ਪਤਾ ਹੀ ਨਹੀਂ ਕਿੱਦਾਂ ਫੋਨ ਦੀ ਲਾਈਟ ਨਾਲ ਜਾਣਦੇ ਆ ਬੰਦੇ, ਫੋਨ ਦੀ ਲਾਈਟ ਨਾਲ ਜਾਂਦੇ, ਪਰ ਅੱਗੇ ਪਤਾ ਹੀ ਨਹੀਂ ਆ, ਹੁਣ ਅੱਗੇ ਤੇ ਸਾਰਾ ਹਨੇਰਾ ਹੀ ਹਨੇਰਾ, ਪਰ ਇਸ ਇਲਾਕੇ 'ਚ ਬੱਤੀ ਜਾਣੀ ਤਾਂ ਨਹੀਂ ਚਾਹੀਦੀ। ਜਿਵੇਂ ਨਹੀਂ ਇਹ ਤੇ ਉਹ ਇੱਕੋ ਲਾਈਟ ਜਗਣ ਦੀ ਸੋਲਰ ਵਾਲੀ, ਸੋਲਰ ਸਿਸਟਮ ਤੇ ਜਦੋਂ ਚੱਲਦੀ ਹੁਣ ਅੱਗੇ ਰਾਹ ਹੀ ਨਹੀਂ ਹੈਗਾ, ਤੇ ਪਰ ਆਹ ਇਲਾਕੇ 'ਚ ਬੱਤੀ ਜਾਣ 'ਚ ਮਤਲਬ ਹੀ ਆ, ਸਾਰੇ ਵੇਖੋ ਹੋਰ ਵੀ ਬੰਦੇ ਜਾ ਰਹੇ, ਸਾਰੇ ਫੋਨ ਦੀਆਂ ਲਾਈਟਾਂ ਜਾ ਕੇ ਜਾ ਰਹੇ, ਬਸ ਯਾਰ ਇਹ ਤੇ ਗਲਤ ਗੱਲ ਆ, ਇੱਥੇ ਕੰਮ ਹੀ ਆ ਬੜਾ ਗਲਤ ਹੋ ਗਿਆ, ਵਧੀਆ ਕੰਮ ਹੋ ਗਿਆ ਵਾ ਵੀ ਦੋ ਕੁ ਮਿੰਟ ਹੀ ਗਈ ਸੀ, ਆਹੋ ਅਸੀਂ ਉਹਨਾਂ ਨੂੰ ਕਿਹਾ ਵਾ ਵੀ ਆਹ ਕੰਮ ਕਿੱਡਾ ਮਾੜਾ, ਗੱਲਾਂ ਹੀ ਕਰਨ ਦੇ ਹਾਂ, ਤੇ ਉਹਨਾਂ ਸੁਣ ਲਿਆ ਵਾ, ਕਿਉਂਕਿ ਪਹਾੜੀ ਲਾ ਕੇ ਤੁਹਾਨੂੰ ਪਤਾ ਤਾਂ ਹੈਗਾ ਆਵਾਜ਼ ਗੂੰਜਦੀ ਆ, ਸਪੀਕਰ ਲੱਗੇ ਇਹਨਾਂ ਦੀ ਲਾਈਟਾਂ ਨਾਲ, ਉਹਨਾਂ ਨੂੰ ਉਹਨੂੰ ਪਤਾ ਵੀ ਗਾਲਾਂ ਕੱਢਣ ਦੇ ਆ, ਬੱਤੀ ਚਲ ਗਈ ਆ, ਇਸ ਕਰਕੇ ਜਿਵੇਂ ਇਹਨਾਂ ਲਾਇਆ ਕੋਈ ਜਗਾੜ ਤੇ ਹੁਣ ਬੱਤੀ ਆ ਗਈ ਆ, ਚਲੋ ਜੀ ਰੱਬ ਦਾ ਸ਼ੁਕਰ ਆ ਬੱਤੀ ਆ ਗਈ ਆ, ਹਰ ਹਰ ਮਹਾਂਦੇਵ, ਹਰ ਹਰ ਮਹਾਂਦੇਵ, ਹਰ ਹਰ ਮਹਾਂਦੇਵ, ਹਰ ਹਰ ਮਹਾਂਦੇਵ। ਆਹ ਜਿਹੜਾ ਮਰੀਜ਼ ਲੈ ਆਉਂਦਾ ਨਾ ਨਾਲ, ਲੇਟ ਹੀ ਕਰਾਈ ਜਾਂਦਾ, ਕਿੱਥੇ ਤਿੰਨਾਂ ਘੰਟਿਆਂ 'ਚ ਉੱਤਰ ਜਾਣਾ ਸੀ, 7.5 ਘੰਟੇ ਲੱਗ ਗਏ, ਆਹ ਵੇਖੋ ਇਹ ਕਿੰਨੇ ਇੱਕ ਮਿੰਟ ਗੱਲ ਸੁਣ ਮੇਰੀ ਸਿੱਧੀ ਤੇ ਸਾਫ਼, ਜਿਹੜੀ ਮੇਰੀ ਗੱਲ ਸੁਣ, ਜੇ ਤੂੰ ਡੰਡਾ ਵਰਤਣਾ ਨਹੀਂ ਤਾਂ ਫੜਿਆ ਕਾਹਦੀ ਗੱਲੋਂ ਹੀ, ਕੰਮ ਕਿਹੜੇ ਕਿਹੜੇ ਕੰਮ ਆਊਗਾ, ਇੱਕ ਵਾਰੀ ਉਹ ਵੀ ਅਸੀਂ ਕਿਉਂਕਿ ਅਸੀਂ ਬਲੌਗ ਸ਼ੂਟ ਕਰਨ ਦੇ ਤਾਂ ਕਰਕੇ, ਪਹਿਲਾਂ ਕਿਲੋ ਕਿਲੋਮੀਟਰ 6 ਕਿਲੋਮੀਟਰ ਚਲੋ 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 ਜਲਦੀ ਤੁਰਦੇ ਵੜੋ, ਨਹੀਂ ਡੰਡਾ ਤੇ ਦੱਸ ਕੀ ਸੀ ਨੇ ਤਾਂ ਫੜਨ ਚ ਮਜ਼ਾ ਆਉਂਦਾ, ਵੇਖ ਵੀ ਇਹ ਡੰਡੇ ਨਾਲ ਮੈਂ ਚੜਾਈ ਚੜਿਆ, ਹੁਣ ਇਹਨੂੰ ਮੈਂ ਸੁੱਟਦਾ ਕਿਤੇ ਤੇ ਮਾੜੀ ਗੱਲ, ਅੱਛਾ ਕੋਈ ਲੋੜਵੰਦ ਹੋਊਗਾ ਉਹਨੂੰ ਦੇ ਦਾਂਗੇ, ਅੱਛਾ ਓਏ ਦੱਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ, ਦੱਸ ਹੈਗਾ 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 ਦੱਸ, ਤੂੰ ਡੰਡਾ ਲਿਆ ਕਾਹਦੀ ਗੱਲਾਂ ਇਹ ਦੱਸ ਦੇ, ਨਹੀਂ ਲੋਕੀ ਜੇ ਚੜਾਈ ਚੜ੍ਹਨ ਵਾਸਤੇ ਲੈਂਦੇ ਤੂੰ ਕਾਹਦੀ ਗੱਲਾਂ ਲਿਆ, ਚੜਾਈ ਚੜ੍ਹਦੇ ਚੜਾਈ ਆਊਗੀ ਵੀ ਅੱਗੇ ਵੀ, ਹੁਣ ਤੇ ਉਤਰਾਈ ਆ, ਚੜਾਈ ਕਿੱਥੋਂ ਆਉਣੀ, ਲੋਕੀ ਤੇ ਉਤਰਾਈ ਤੇ ਵੀ ਵਰਤਦੇ, ਤੂੰ ਵਰਤਣ ਨਹੀਂ ਦਿਆ, ਕੁਰਕਰੇ ਕਰਕਰੇ ਨੀ ਡਾਉਣਾ ਚਾਹੁੰਦਾ ਇਹਦੇ ਨਾਲ ਕਿਸੇ ਦੇ, ਹੱਸਤੇ ਹੱਸਤੇ ਆਏ ਹਾਏ ਕੱਟੇ ਜਾਏ ਰਸਤੇ, ਜ਼ਿੰਦਗੀ ਯੂੰ ਹੀ ਚੱਲਦੀ ਰਹੇ, ਖੁਸ਼ੀ ਮਿਲੇ ਜਾਂ ਮਿਲੇ ਗਮ, ਬਦਲੇਂਗੇ ਨਾ ਹਮ ਦੁਨੀਆ ਚਾਹੇ ਬਦਲਦੀ ਰਹੇ, ਰਾਸਤੇ ਚੱਲਦਿਆਂ ਚੱਲਦਿਆਂ ਆ ਗਏ ਸਾਡੇ ਪ੍ਰਭੂ ਜੀ, ਜੈ ਸ਼੍ਰੀ ਰਾਮ, ਰਾਮ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਬਾਲਾ ਜੀ ਮਹਾਰਾਜ, ਕਿਰਪਾ ਕਰੋ ਸਾਡੇ ਪ੍ਰਭੂ, ਸਵੇਰੇ 2:30 ਵਜੇ ਪੂਰੇ ਬਾਲਾ ਜੀ ਦੇ ਦਰਸ਼ਨ ਹੋ ਗਏ ਆ, ਬਹੁਤ ਵਧੀਆ, ਜੈ ਜੈ ਸੀਤਾ ਰਾਮ, ਵੇਖੋ ਆ ਇਹੋ ਜਿਹੀ ਬਣਿਆ ਮੰਦਰ,
ਚੜਾਈ ਦੇ ਉੱਤੇ ਬਣਿਆ। ਜੈ ਜੈ ਸੀਤਾ ਰਾਮ, ਜੈ ਜੈ ਸੀਤਾ ਰਾਮ, ਪ੍ਰਭੂ ਜੈ ਸ਼੍ਰੀ ਰਾਮ। ਇੱਧਰ ਦੇਖੋ ਟਰੈਕਟਰ ਵੀ ਆ ਗਿਆ ਜੀ, ਇਹਨੇ ਟਰੈਕਟਰ ਹੀ ਚਾੜਤਾ ਜੀ ਇੱਥੇ। ਪਰ ਉਹ ਗੱਲ ਡਰਾਈਵਰੀ ਵਿਖਾਉਣ ਲੱਗਾ ਵੀਰ ਦੀ, ਟਰੈਕਟਰ ਲਈ ਫਿਰਦੇ ਵੀਰ। ਵੇਖੋ ਡਰਾਈਵਰੀ ਚੈੱਕ ਕਰੋ, ਪਹਾੜੀ ਇਲਾਕੇ ਜਿੰਨਾ ਗਰਾ ਟਰੈਕਟਰ ਇੰਨਾ ਭਾਰ ਦਿੱਤਾ। ਵਾਹ ਯਾਰ, ਡਰਾਈਵਰੀ ਯਾਰ ਬੜਾ ਔਖਾ ਕੰਮ ਭਰ ਛਾ ਉੱਧਰ ਇਹਦਾ ਡਰਾਈਵਰੀ। ਕਿਹੜੀ ਕਿਰਤੀ ਬਣੀ ਆ ਦੱਸ, ਇੱਕ ਹੈ ਬਣੀ ਹੋ ਚਲੇ ਵੀ ਦੱਸ ਦੇਣ, ਕੋਈ ਜਾਨਵਰ ਹੀ ਹੋਏ ਵੀ ਦੱਸ। ਆਹੋ ਕਿਹੜਾ ਹੈ ਅੱਗੋਂ ਨੀ ਪਿੱਛੋਂ ਹੈ? ਨਹੀਂ ਆਹੀ ਪੱਥਰ ਗੱਲਾਂ ਮਾਮਾ, ਘੋੜੇ ਦੀ ਕਿਰਤੀ ਬਣੀ ਹੋਈ ਹੈ। ਇੱਧਰ ਇਹ ਆ ਜਿਹੜਾ ਪੱਥਰ ਹੈ ਐਡਾ ਤਗੜਾ, ਵੇਖੋ ਹੁਣ ਡਿੱਗਾ, ਹੁਣ ਦਾ ਕਹਿਣਾ ਤਾਂ ਪਹਿਲਾਂ ਡਿੱਗਾ ਪਰ ਅੱਜ ਡਿੱਗਾ ਹੈ। ਉਹ ਪੈਪਾਂ ਤੋੜੀਆਂ ਸਾਰੀਆਂ, ਫਿਰ ਉੱਥੋਂ ਵੱਜ ਕੇ ਮਗਰ ਆਇਆ ਹੋਵੇ ਜਾਂ ਟਰੈਕਟਰ ਨਾਲ ਕੀਤਾ ਨਾ ਮਗਰ ਟਰੈਕਟਰ ਜਾਂ ਹੋ ਗਏ। ਆਹ ਵੀ ਪੱਥਰ ਆ ਵੇਖੋ ਉੱਧਰ ਆ ਗਏ ਇੱਥੇ। ਬਾਕੀ ਚਲੋ ਹੱਟ ਗਏ ਭੋਲੇਨਾਥ ਜੀ, ਹੋ ਗਈ ਸਪਰਨ, ਡੇਢ ਕਿਲੋਮੀਟਰ ਰਹਿ ਗਿਆ ਸਾਰਾ ਬਾਕੀ ਹੋ ਗਿਆ ਚੁੱਕੀ। ਵਧੀਆ ਵਧੀਆ ਸ਼ੰਕਰ ਜੀ ਦੀ ਕਿਰਪਾ ਨਾਲ ਅਤੇ ਜੋਰੀ ਗੁੰਡੇ ਪਹੁੰਚ ਲਏ, 20 ਮਿੰਟਾਂ ਜਾਣੇ ਕਹਿੰਦੇ ਜੀ। ਚਲੋ ਇਹਦੇ ਹੋ ਲਿਆ ਕਿਤੇ ਹਰ ਹਰ ਮਹਾਂਦੇਵ। ਲਓ ਜੀ ਨਾ ਫਾਈਨਲੀ ਪਹੁੰਚ ਹੀ ਗਏ ਜੇ ਥੱਲੇ, ਆਹ ਗੇਟ ਤੋਂ ਚੜ੍ਹਾਈ ਸ਼ੁਰੂ ਹੁੰਦੀ ਅਤੇ ਇੱਥੋਂ ਹੁੰਦੀ ਜੇ ਕਦੋਂ, ਅਤੇ ਸ਼ੰਕਰ ਜੀ ਦੀ ਭੋਲੇਨਾਥ ਜੀ ਦੀ ਕਿਰਪਾ ਦੇ ਆ ਗਏ ਹਾਂ ਥੱਲੇ ਅਸੀਂ ਹੁਣ। ਹਾਂਜੀ ਬਾਬਾ ਜੀ, ਬਾਬਾ ਜੀ ਵਿਚਾਰੇ ਦਾ ਬੂਟਾਂ ਦਾ ਮੰਦਾ ਹਾਲ ਹੋਇਆ ਵਾ, ਇੱਧਰ ਤਲੀਆਂ ਦਾ ਸੂਈਆਂ ਚੁੱਭਣੀਆਂ, ਕੀ ਕਰਦਾ ਪੈਰ ਲਾ ਕੇ ਸੁੱਟ ਦੀਏ। ਬਾਕੀ ਚਲੋ ਮਹਾਰਾਜ ਦੀ ਬੜੀ ਕਿਰਪਾ ਰਹੀ, ਫੇਰ ਵੀ ਪੈਦਲ ਯਾਤਰਾ ਹੋ ਗਈ ਆ, ਨਹੀਂ ਤਾਂ ਆਸ ਤਾਂ ਕੋਈ ਨਹੀਂ। ਇੱਕ ਆਹ ਚੀਜ਼ ਬੰਦ ਕਰਾਉਣੀ ਚਾਹੀਦੀ ਲੈ ਜਾਂਦਾ, ਆਹ ਸਭ ਤੋਂ ਮਾੜੀ ਚੀਜ਼ ਆ। ਹੋਰ ਵਿਚਾਰ, ਹੈਲੀਕਾਪਟਰ ਤੇ ਮੈਂ ਸਰੀਆ ਲੈ ਜਾਣੀ, ਇੱਕ ਵਾਰੀ ਹੁੰਦਾ ਹੀ ਆ ਨਾ ਦੂਜਾ ਜਗਾੜ ਜਿਹਾ, ਉਹ ਥਾਰ ਨੀ ਲੈ ਕੇ ਗਿਆ ਸੀ ਹੈਲੀਕਾਪਟਰ ਉੱਤੇ ਚੁੱਕ ਕੇ, ਦੇ ਨੀ ਲੈ ਕੇ ਜਾ ਸਕਦਾ, ਪਤਾ ਨੀ ਵੀਡੀਓ ਨੀ ਵੇਖੀ ਥਾਰ ਵਾਲੀ, ਉੱਪਰ ਥਾਰ ਲੈ ਕੇ ਗਿਆ ਹੈਲੀਕਾਪਟਰ ਲੱਗਣ ਦਿਆ ਹੋਰ ਉੱਤੇ, ਇੱਕ ਟਰੱਕ ਵੀ ਲੱਗਾ ਸੀ, ਉਹ ਕਿੱਧਰਾਂ ਪਹੁੰਚਿਆ ਦੱਸ ਮੈਨੂੰ, ਵੇਖਿਆ ਕਿ ਨਹੀਂ ਵੇਖਿਆ, ਵੇਖਿਆ ਟਰੱਕ ਕਿ ਨਹੀਂ ਵੇਖਿਆ ਦੱਸ ਪਹਿਲਾਂ। ਓਏ ਫੋਨ ਬੁੱਢਾ ਫੜਿਆ ਮੈਂ, ਆਹੋ ਹੈਂ ਪਤਾ ਨਹੀਂ ਸਿੱਧਾ ਫੜਿਆ, ਵੇਖਿਆ ਨਹੀਂ ਟਰੱਕ ਤੂੰ ਉੱਥੇ ਖੜਾ ਇੱਕ ਜਾ ਟਰੱਕ ਟਰੱਕ ਆਹੋ ਉੱਤੇ ਆਹੋ ਨਹੀਂ ਵੇਖਿਆ ਨਾ ਟਰੱਕ ਹੀ ਉੱਤੇ ਆਹੋ ਇਹ ਬਲਾ ਸੋਚ ਗਿਆ ਇਹ ਕਿਉਂ। ਅੱਛਾ ਇੱਧਰ ਵੇ ਜਾਣ, ਆਹ ਵੇ ਆ ਜਿਹੜੀਆਂ ਉਂਗਲਾਂ ਸੋਜੀਆਂ ਪਈਆਂ ਇੱਧਰ ਦੇਖੋ, ਆ ਸਿੱਧੀਆਂ ਨਹੀਂ ਹੁੰਦੀਆਂ, ਆ ਮੇਰੇ ਤੋਂ ਸਿੱਧੀ ਨਹੀਂ ਹੁੰਦੀ, ਫੁੱਲ ਸੁੱਜੀ ਵੀ ਉਂਗਲ ਫੁੱਲ ਜਿਹਨੂੰ ਕਹਿੰਦੇ,
ਇੱਧਰ ਦੇਖੋ ਫੁੱਲ ਸੋਜ ਲਿਆ, ਵੇਖੋ ਬਿੱਲੂ ਬਾਦਸ਼ਾਹ ਜ਼ਿਆਦਾ ਹੀ ਜ਼ੁਲਮ, ਦੋ ਦੋ ਰਸ਼ ਹੁੰਦਾ ਜਾਂਦਾ ਹੌਲੀ ਹੌਲੀ, ਪਰ ਟੋਰ ਹੋਰ ਆਈ ਜਾਂਦੇ ਆ, ਜਦੋਂ ਗਈ ਉਦੋਂ ਘੱਟ ਆ, ਅਤੇ ਹੁਣ ਕਿੰਨਾ ਜਾਂਦਾ, ਡੋਲੀ ਦੀ ਲਾਈਨ ਲੱਗੀ ਹੋਈ ਜਿਹੜੀ ਪਾ ਕੇ ਲਾਏ ਜਾਂਦੇ ਉੱਪਰ ਇੱਕ ਬੰਦੇ ਨੂੰ, ਉਹਦੇ ਦੀ ਲਾਈਨ ਲੱਗੀ, ਅਤੇ ਕਿੰਨਾ ਰਸ਼ ਹੋ ਗਿਆ ਹੁਣ ਇੱਥੋਂ ਦੂਰੋਂ ਹੀ ਲੱਗਣ ਦਾ ਜੇ ਕਾਫੀ ਆ। ਹਾਂਜੀ ਤੁਹਾਡੇ ਲੈਮ ਦੇ ਲਓ ਜੀ, ਨਿੱਕਰ ਜੂਨ ਜੁਲਾਈ ਦਾ ਮਹੀਨਾ। ਹਾਂਜੀ ਚੱਕਰ ਆ, ਮੈਨੂੰ ਠੰਡ ਨਹੀਂ ਲੱਗਣ ਦੀ, ਇਹ ਜ਼ਿਆਦਾ ਮਹਿਸੂਸ ਕਰਨ ਦੇ ਸਾਰੇ ਟਰੈਕ ਜੁੱਤਾਂ ਸਾਰੇ ਕੁਛ ਪਾਇਆ, ਕਦੀ ਟੋਪੀਆਂ ਪਾਈਆਂ, ਕਿਸੇ ਨੇ ਜੈਕਟਾਂ ਪਾਈਆਂ, ਇੱਧਰ ਕਈਆਂ ਨੇ ਥੱਲੇ ਨਿੱਕਰਾਂ ਉੱਤੇ ਜੈਕਟਾਂ ਪਾਈਆਂ, ਜੈਕਟ ਹਰੀ ਹੋਈ ਨੇ ਪਾਈ ਇੱਧਰ, ਇਹਨਾਂ ਕਿੰਨੇ ਖੇਡ ਯਾਰ, ਮੂੰਹ ਕਿੱਡਾ ਵੱਡਾ ਹੁੰਦਾ ਤੇਰਾ ਯਾਰ। ਹਾਂ ਚੱਕਰ ਇਹ ਹੋਈ ਵੀ ਪੈਰ ਆ ਨਾ ਜਿਹੜਾ ਬਹੁਤ ਗਰਮ ਗਰਮ ਬਹੁਤ ਜ਼ਿਆਦਾ ਜੀ। ਹਾਂਜੀ ਚੜ੍ਹਾਈ ਸ਼ੁਰੂ ਕਰਤੀ ਆ, ਤੇ ਆਹ ਨਜ਼ਾਰੇ ਘੈਂਟ ਘੈਂਟ, ਮੈਂ ਕਹਿੰਦਾ ਬਹੁਤਾ ਹੀ ਜ਼ਬਰਦਸਤ ਵਿਊ ਤੇ ਵਿਖਣ ਲੱਗ ਪਿਆ ਹੁਣੇ, ਤੇ ਆਕਸੀਜਨ ਆਕਸੀਜਨ ਜਿਹੜੀ ਤੇਰੀ ਆਕਸੀਜਨ ਮੁਸ਼ਕ ਕਪੂਰ ਦੀ ਟਿੱਕੀ ਲੈ ਕੇ ਦਵਾਂ, ਫਿਰ ਵੀ ਚੜ੍ਹ ਆਏ ਆ ਬੜੀ ਤੁੰਗ ਨਾਲ, ਸਾਡੀ ਚੜ੍ਹਾਈ ਬਹੁਤ ਹੀ ਜ਼ਿਆਦਾ ਹੀ ਮੁਸ਼ਕਿਲ ਲੱਗਣਾ, ਪਰ ਚੜ੍ਹ ਆਏ, ਫਿਰ ਮਹਾਰਾਜ ਨੇ ਬੁਲਾਇਆ, ਬੜੀ ਕਿਰਪਾ ਕੀਤੀ। ਮੈਂ